ਇੰਨੀ ਕਹਿ ਕੇ ਉਸ ਦਾ ਮੱਲੋ ਮੱਲੀ ਹਾਸਾ ਨਿਕਲ ਗਿਆ। ਉਸ ਨੂੰ ਹਰਮੀਤ ਦੀ ਹਿੱਟ ਯਾਦ ਆ ਗਈ। ਸਵੇਰੇ ਬੀਜੀ ਨੇ ਮਿੱਠੀ ਆਵਾਜ਼ ਵਿੱਚ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਚਾਹ ਪੀਤੀ। ਭਾਵੇਂ ਜੂੜੀ ਖਤਰੇ ਦੀ ਵਲਗਣ ਛਾਲਾਂ ਮਾਰ ਕੇ ਟੱਪ ਆਈ ਸੀ, ਪਰ ਮੰਜ਼ਿਲ ਭਟਕੀ ਮਹਿਸੂਸ ਕਰਦੀ ਸੀ। ਉਹਨਾਂ ਦੇ ਮਨ ਦਾ ਚੈਨ ਗਵਾਚਿਆ ਹੋਇਆ ਸੀ। ਗੁਰਵੀਰ ਸਮਝਦਾ ਸੀ ਹਰਵੀਰ ਹਰ ਤਰ੍ਹਾਂ ਬਾਲਗ ਹੈ ਅਤੇ ਮੇਰੇ ਨਾਲ ਮਰਦੇ ਦਮ ਤੱਕ ਖਲੋਵੇਗੀ, ਪਰ ਇਹ ਸਿੱਧੀ ਬੇਕਾਨੂੰਨੀ ਤਾਂ ਹੈ, ਸਮਾਜ ਵਿੱਚ ਘਟੀਆ ਕੰਮ ਵੀ ਹੈ। ਭਾਵੇਂ ਕੁਦਰਤ ਦੇ ਨਿਯਮਾਂ ਅਤੇ ਮਨੁੱਖੀ ਕੀਮਤਾਂ ਪੱਖੋਂ ਜੇਰੇ ਦੇ ਦਲੇਰੀ ਵਾਲਾ ਕੰਮ ਹੈ, ਅਸੀਂ ਮਨ ਦੇ ਸੱਚੇ ਅਤੇ ਤਨ ਦੇ ਸੁੱਚੇ ਹਾਂ, ਪਰ ਸਾਡਾ ਵਿਸ਼ਵਾਸ ਕੌਣ ਕਰੇਗਾ? ਸਾਡੀ ਸਹਾਇਤਾ ਲਈ ਕੌਣ ਬੌੜੇਗਾ? ਇਹ ਸਵਾਲ ਸਮੱਸਿਆ ਬਣ ਕੇ ਉਸ ਨੂੰ ਘੇੜ ਖੜੋਤਾ। ਦੁਸ਼ਮਣ ਪੈਸੇ ਅਤੇ ਬੰਦਿਆਂ ਵਾਲੇ ਹਨ। ਉਹ ਹਥਿਆਰਬੰਦ ਗੁੰਡਿਆਂ ਨੂੰ ਜੀਪ 'ਤੇ ਭੇਜ ਕੇ ਮਰਵਾ ਵੀ ਸਕਦੇ ਹਨ, ਫੜ ਕੇ ਵੀ ਲੈ ਜਾ ਸਕਦੇ ਹਨ। ਬਚਾਅ ਬੰਦਿਆਂ ਨਾਲ ਹੀ ਹੋ ਸਕਦਾ ਹੈ, ਹਥਿਆਰਬੰਦ ਬੰਦਿਆਂ ਨਾਲ। ਹਥਿਆਰ ਕਿੱਥੋਂ ਆਉਣਗੇ? ਪੁਲਿਸ ਨੂੰ ਕਿਉਂ ਨਾ ਇਤਲਾਹ ਦੇ ਦੇਵਾਂ, ਕਿਸੇ ਵੱਡੇ ਅਫਸਰ ਦੇ ਪੇਸ ਹੋ ਜਾਵਾਂ? ਨਹੀਂ, ਅਸੀਂ ਆਪ ਵੀ ਦੋਸ਼ੀ ਹਾਂ, ਪੁਲਿਸ ਫੌਰਨ ਸਾਨੂੰ ਦੋਹਾਂ ਨੂੰ ਅੰਦਰ ਦੇ ਦੇਵੇਗੀ। ਅੱਛਾ, ਮਲਕੀਅਤ ਆ ਜਾਵੇ ਤਾਂ ਕੋਈ ਸਬੀਲ ਬਣਾਉਣੀ ਪਵੇਗੀ। ਉਹ ਹਮੇਸ਼ਾ ਦੇ ਡਰ ਨਾਲੋਂ ਅਸੀਂ ਕਿਵੇਂ ਜੀ ਸਕਦੇ ਹਾਂ? ਉਸ ਸੁਖਮਾਨ ਲਾਗੇ ਖਲੋਤੀ ਹਰਵੇਲ ਨੂੰ ਆਖਿਆ, ਚੰਗਾ ਹੋਵੇ ਜੇ ਅੱਜ ਤੂੰ ਸੁਖਮਾਨ ਨਾਲ ਕਾਲਜ ਚਲੀ ਜਾਵੇਂ। ਪਰ ਬਾਈ ਜੀ, ਅਸੀਂ ਤਾਂ ਕਦੋਂ ਦੇ ਫਰੀ ਹੋਏ ਹਾਂ, ਊਂ ਇਸ ਨੂੰ ਕਾਲਜ ਵਿਖਾ ਲਿਆਉਂਦੀ ਹਾਂ। ਸੁਖਮਾਨ ਕੁੜੀ ਦੇ ਉੱਤੋਂ ਤੋਂ ਪਹਿਲਾਂ ਹੀ ਬੋਲ ਪਈ, ਨਾ ਗੁਰਵੀਰ ਅਤੇ ਹਰਵੇਲ ਦੇ ਮੂੰਹ ਉੱਤਰ ਗਏ। ਇੱਕ ਪਲ ਲਈ ਉਹਨਾਂ ਤੋਂ ਜਵਾਬ ਨਾ ਦੇ ਹੋਇਆ। ਹਰਵੇਲ ਨੇ ਮੁਸਕਾਨ ਪੈਦਾ ਕਰਦਿਆਂ ਮੌਕਾ ਸਾਂਭਿਆ, ਮੈਂ ਤਾਂ ਹਮੇਸ਼ਾ ਵਾਸਤੇ ਆਈ ਸੀ, ਤੁਸੀਂ ਹੁਣ ਵਾਪਸ ਮੋੜਨ ਲੱਗੇ ਹੋ, ਥੋੜ੍ਹੀ ਜਰਾਂਦ ਕਰ, ਹਮੇਸ਼ਾ ਵਾਸਤੇ ਹੀ ਲਿਆਵਾਂਗੇ, ਤੂੰ ਫਿਰ ਮਾਪਿਆਂ ਦੀ ਜੂਹ ਵੇਖਣ ਨੂੰ ਤਰਸੇਂਗੀ। ਸੁਖਮਾਨ ਨੇ ਨਾਲ ਹੀ ਸਿਰ ਹਿਲਾਇਆ, ਨਾ ਬਈ, ਮੈਂ ਤਾਂ ਤੁਹਾਡਾ ਮੁੰਡਾ ਗੋਲਾ ਕਬੂਤਰ ਬਣਾ ਕੇ ਘਰ ਲੈ ਜਾਣਾ ਹੈ, ਮਾਪੇ ਵੇਖਣ ਨੂੰ ਇਹ ਤਰਸੇਗਾ। ਗੋਲਾ ਕਬੂਤਰ ਸ਼ਬਦ ਨੇ ਗੱਲ ਨੂੰ ਹਾਸੜ ਵਿੱਚ ਪਾ ਦਿੱਤਾ। ਸੁਖਮਾਨ ਦੇ ਆਸੇ ਪਾਸੇ ਹੋਣ ਸਮੇਂ ਗੁਰਵੀਰ ਨੇ ਹਰਵੇਲ ਅੱਗੇ ਮਨ ਦਾ ਤੌਖਲ ਪ੍ਰਗਟ ਕੀਤਾ। ਹੋ ਸਕਦਾ ਹੈ ਚਾਚਾ ਜੀ ਪੁਲਿਸ ਲੈ ਕੇ ਆ ਜਾਣ, ਪਰ ਇੱਥੇ ਦਾ ਪਤਾ ਉਹ ਚਾਚਿਆਂ ਤੋਂ ਪੁੱਛ ਕੇ ਹੀ ਆਉਣਗੇ, ਉਹ ਦੁਬਧਾ ਵਿੱਚ ਪਿਆ ਹੋਇਆ ਸੀ। ਹੋਰ ਉਹ ਸਭ ਕੁਛ ਜਰ ਸਕਦਾ ਸੀ, ਪਰ ਮਾਮੀ ਜੀ ਨੂੰ ਕਿਸੇ ਤਰ੍ਹਾਂ ਨੀਵੀਂ ਹੋਈ ਨਹੀਂ ਸਹਿ ਸਕਦਾ ਸੀ। ਉਹਦੇ ਮਨ ਦਾ ਭੈ ਹਰਵੇਲ ਨੇ ਪੜ੍ਹ ਲਿਆ। ਪੁਲਿਸ ਫੜ ਲਵੇਗੀ ਤਾਂ ਫੜ ਲਏ, ਉਹ ਫਾਹੇ ਤਾਂ ਲਾਉਣੋਂ ਨਹੀਂ ਰਹੇ, ਸਗੋਂ ਹਮੇਸ਼ਾ ਦਾ ਡਰ ਮੁੱਕ ਜਾਵੇਗਾ। ਉਹ ਆਉਣ ਵਾਲੀ ਭਾਵੀ ਨਾਲ ਟੱਕਰ ਲੈਣ ਲਈ ਤਿਆਰ ਸੀ, ਇਹ ਕੁਝ ਤਾਂ ਹੋਣਾ ਹੀ ਹੈ। ਮੈਂ ਚਾਹੁੰਦਾ ਸੀ ਬੀਜੀ ਤੋਂ ਬਾਹਰ ਬਾਹਰ ਹੀ ਵਾਪਰ ਜਾਵੇ, ਤੁਸੀਂ ਮੇਰੀ ਮੰਨੋ, ਹੁਣੇ ਕੁਲਵਿੰਦਰ ਨੂੰ ਜਾ ਕੇ ਲੈ ਆਓ। ਹਰਵੇਲ ਗੁਰਵੀਰ ਦੀ ਕਮਜ਼ੋਰੀ ਵਿੱਚ ਮਸੇਰ ਦੀ ਦਲੇਰੀ ਜਮ੍ਹਾਂ ਕਰਨਾ ਚਾਹੁੰਦੀ ਸੀ। ਆਖਣਾ, ਤੈਨੂੰ ਹਰਵੇਲ ਨੇ ਹੁਣੇ ਬੁਲਾਇਆ ਏ, ਗੱਲ ਤਾਂ ਤੇਰੀ ਠੀਕ ਹੈ, ਉਹਦਾ ਸਾਨੂੰ ਆਸਰਾ ਹੀ ਹੋਵੇਗਾ। ਮੁੰਡਾ ਹੌਂਸਲੇ ਵਿੱਚ ਆ ਗਿਆ, ਤੂੰ ਯਤਨ ਕਰੀ ਸੁਖਮਾਨ ਨਾਲ ਜਾਣਦਾ, ਪਰ ਜੇ ਕੋਈ ਘਰ ਆ ਗਿਆ, ਬੀਜੀ ਨੇ ਝੂਠ ਨਹੀਂ ਮਾਰਨਾ। ਉਸਦਾ ਮਨ ਥਾਂ ਦਾ ਥਾਂ ਖਲੋਤਾ ਸੀ। ਤੁਸੀਂ ਲੁਧਿਆਣੇ ਤੋਂ ਕੁਲਵਿੰਦਰ ਨੂੰ ਲੈ ਆਓ, ਅਸੀਂ ਆਪਣੀ ਖਾਤਰ ਕਿਸੇ ਨੂੰ ਝੂਠ ਨਹੀਂ ਮਾਰਨ ਦੇਵਾਂਗੇ, ਹਰ ਔਖ ਸੌਖ ਨੂੰ ਆਪ ਅੱਗੇ ਹੋ ਕੇ ਮਿਲਾਂਗੇ, ਕੁੜੀ ਨੇ ਪੂਰੀ ਦਲੇਰੀ ਨਾਲ ਆਖਿਆ। ਗੁਰਵੀਰ ਨੂੰ ਕੁੜੀ ਦੀ ਦ੍ਰਿੜ ਵੇਖ ਕੇ ਸ਼ਰਮ ਆ ਗਈ। ਮੈਂ ਆਪਣੇ ਸਿਰ ਉੱਤੇ ਸਭ ਕੁਛ ਝੱਲ ਸਕਦਾ ਹਾਂ, ਪਰ ਬੀਜੀ ਦੇ ਘਰ ਪੁਲਿਸ ਨਾ ਆਵੇ, ਮਰ ਜਾਣ ਨੂੰ ਥਾਂ ਏ,
ਮੁਸੀਬਤ ਇਹ ਹੈ ਕਿ ਉਸ ਨੂੰ ਵਿਚਲੀ ਗੱਲ ਦੱਸੀ ਵੀ ਨਹੀਂ ਜਾ ਸਕਦੀ। ਪਰ ਹੁਣ ਸਿਰ ਪਈ ਹੈ ਤਾਂ ਜਰਨੀ ਹੀ ਪਵੇਗੀ। ਮਨ ਦੀ ਡਾਵਾਂ ਡੋਲ ਤੱਕੜੀ ਨਾਲ ਉਹ ਲੁਧਿਆਣੇ ਨੂੰ ਤੁਰ ਪਿਆ। ਦਾਖੀ ਆ ਕੇ ਉਹ ਅਣਜਾਣ ਚੋਰਾਂ ਵਾਂਗ ਆਲੇ ਦੁਆਲੇ ਤਾੜਿਆ। ਸਵਾਰੀਆਂ ਆਪਣੀ ਕਾਲ ਵਿੱਚ ਚੜ੍ਹ ਉੱਤਰ ਰਹੀਆਂ ਸਨ। ਕਨੈਕਟਰ ਦੀ ਵਿਸਲ 'ਤੇ ਉਸ ਨੇ ਸ਼ੁਕਰ ਮਨਾਇਆ। ਕੁਲਵਿੰਦਰ ਨੂੰ ਕੀ ਆਖਾਂਗਾ, ਉਹ ਪੁੱਛੇਗਾ ਸੁਖਮਾਨ ਐਗਜ਼ਾਮ ਛੱਡ ਕੇ ਹਰਵੇਲ ਕਿਉਂ ਤੁਰ ਆਈ। ਪੁੱਛਣਾ ਕੁਦਰਤੀ ਹੈ, ਸੱਚ ਦੱਸੇ ਬਿਨਾਂ ਕਿਵੇਂ ਵੀ ਗੁਜ਼ਾਰਾ ਨਹੀਂ ਹੋ ਸਕਦਾ। ਉਹ ਨਿਰੀਆਂ ਸੋਚਾਂ ਨੇ ਤਾਂ ਮੈਨੂੰ ਪਾਰ ਨਹੀਂ ਲਾਉਣਾ। ਮੇਰੇ ਨਾਲੋਂ ਤਾਂ ਹਰ ਵੇਲ ਹੀ ਤਕੜੀ ਹੈ। ਮੈਂ ਆਪਣੀ ਜਾਨ 'ਤੇ ਸਾਰੇ ਕੱਟ ਸਕਦਾ ਹਾਂ, ਪਰ ਜਿਨ੍ਹਾਂ ਦੀ ਛਤਰ ਸਾਇਆ ਹੇਠ ਪਲਿਆ ਹਾਂ, ਜਿਨ੍ਹਾਂ ਦੇ ਅਹਿਸਾਨਾਂ ਅੱਗੇ ਸਿਰ ਨਹੀਂ ਝੁੱਕ ਸਕਦਾ, ਉਹਨਾਂ ਨੂੰ ਬਲਦੀ ਅੱਗ ਵਿੱਚ ਕਿਵੇਂ ਸੁੱਟ ਦੇਵਾਂ? ਪੁਲਿਸ ਤੋਂ ਸਿੱਧੀ ਪਤਲੀ ਕਿਵੇਂ ਕਰਵਾਵਾਂ? ਇਹ ਸਹਿਣਾ ਬੜਾ ਔਖਾ ਹੈ। ਤੂੰ ਗੁਰਬੀਰ ਸਿਆਂ ਦਰਿਆ ਦੀ ਘੁੰਮਣ ਘੇਰੀ ਵਿੱਚ ਆ ਗਿਆ ਏ ਅਤੇ ਮਗਰਮੱਛ ਤੇਰੇ ਪਿੱਛੇ ਪਏ ਹੈ। ਕੁਦਰਤ ਢੋ ਬੇਲਾ ਲਾਵੇ ਤਾਂ ਹੀ ਬਚਾਅ ਹੋ ਸਕਦਾ ਹੈ। ਉਹਦੀ ਰੋਧਾ ਵਿੱਚੋਂ ਇੱਕ ਨਰੋਈ ਤਰੰਗ ਉੱਠੀ, ਠੀਕ ਹੈ ਜੋ ਹੋਣਾ ਹੋ ਜਾਵੇ। ਉਹ ਆਪੇ ਨੂੰ ਹਾਲਾਤ ਦੇ ਧਾਰੇ ਦੇ ਹਵਾਲੇ ਕਰ ਦਿੱਤਾ। ਉਸ ਦੀ ਯੂਨੀਵਰਸਿਟੀ ਆ ਗਈ ਸੀ। ਉਹ ਬੱਸ ਤੋਂ ਉੱਤਰ ਕੇ ਹੋਸਟਲ ਵੱਲ ਹੋ ਤੁਰਿਆ। ਰਾਹ ਵਿੱਚ ਉਸ ਨੂੰ ਸੋਚ ਆਈ, ਹੋ ਸਕਦਾ ਇਹ ਕੁਲਵਿੰਦਰ ਫਰੀ ਹੋ ਕੇ ਘਰ ਚਲਿਆ ਗਿਆ ਹੋਵੇ। ਨਾ ਰੱਬਾ ਅਜਿਹਾ ਨਾ ਹੋਵੇ। ਕੁਲਵਿੰਦਰ, ਜਿਸ ਨੂੰ ਕਦੇ ਉਹ ਦੁਸ਼ਮਣ ਸਮਝਦਾ ਸੀ, ਅੱਜ ਉਹਦੇ ਲਈ ਬੰਨੇ ਲਾਊ ਸਾਥੀ ਬਣਿਆ ਹੋਇਆ ਸੀ। ਪਰ ਉਹ ਉਸ ਨੂੰ ਹੋਸਟਲ ਵਿੱਚ ਹੀ ਮਿਲ ਗਿਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਕਹਿ ਕੇ ਉਹਨਾਂ ਨੇ ਹੱਥ ਮਿਲਾਏ। ਕੁਲਵਿੰਦਰ ਗੁਰਵੀਰ ਨੂੰ ਵੇਖ ਕੇ ਪਹਿਲਾਂ ਹੈਰਾਨ ਹੋਇਆ, ਮੁੜ ਹੱਸਣੋਂ ਹੀ ਨਾ ਹਟੇ। ਗੁਰਵੀਰ ਦਾ ਚਿਹਰਾ ਹੋਰ ਚਿੱਟਾ ਪੈ ਗਿਆ। ਕਿਉਂ, ਹੁਣ ਕਿਸੇ ਹੋਰ ਚਿੱਠੀ ਪਾ ਦਿੱਤੀ? ਅਸਲ ਵਿੱਚ ਮੁੰਡਾ ਉਸ ਦੇ ਅਨਾੜੀ ਪੁਣੇ ਉੱਤੇ ਹੱਸ ਰਿਹਾ ਸੀ। ਨਹੀਂ, ਹੁਣ ਤਾਂ ਵਾਰੰਟਾਂ ਵਾਲਾ ਚਿੱਠਾ ਹੀ ਆ ਗਿਆ ਹੈ। ਗੁਰਵੀਰ ਨੇ ਗੰਭੀਰ ਮੂੰਹ ਬਣਾ ਕੇ ਜਵਾਬ ਦਿੱਤਾ, ਕਿਉਂ ਸੁੱਖ ਤਾਂ ਹੈ, ਉਹ ਚੰਬੇ ਵਿੱਚ ਆ ਗਿਆ। ਇਹ ਗੱਲ ਤੂੰ ਚੱਲ ਕੇ ਆਪਣੀ ਭੈਣ ਨੂੰ ਪੁੱਛ ਲੈ। ਗੁਰਬੀਰ ਦੀ ਸੰਜੀਦੀ ਵਿੱਚ ਭੋਰਾ ਵੀ ਫਰਕ ਨਹੀਂ ਆਇਆ ਸੀ। ਤੇਰਾ ਮਤਲਬ ਹਰਵੇਲ ਤੋਂ ਹੈ, ਉਹ ਆਈ ਹੈ ਕਿੱਥੇ ਹੈ? ਕੁਲਵਿੰਦਰ ਝੱਟ ਵਿੱਚ ਕਿੰਨੇ ਹੀ ਸਵਾਲ ਕਰ ਗਿਆ। ਹੱਥ ਫੜੀ ਕਿਤਾਬ ਉਸ ਮੇਜ਼ 'ਤੇ ਰੱਖ ਦਿੱਤੀ। ਹਾਂ, ਉਸਨੇ ਤੈਨੂੰ ਬੁਲਾਇਆ ਹੈ ਅਤੇ ਹੁਣੇ ਚੱਲਣਾ ਏ। ਹੁਣੇ ਇੰਨੀ ਕਾਹਲੀ ਕਿਉਂ? ਚਾਹ ਤਾਂ ਪੀ ਲੈਂਦਾ। ਕੁਲਵਿੰਦਰ ਆਪਣੀ ਸੋਚ ਦੇ ਘੋੜੇ ਭਜਾਉਣ ਲੱਗਾ। ਉਹ ਕਿਵੇਂ ਆਈ ਹੈ? ਉਹ ਘੁੱਟਮੀ ਆਵਾਜ਼ ਨਾਲ ਗੁਰਵੀਰ ਨੂੰ ਕਹਿਣ ਲੱਗਾ। ਦੇਖਣ ਸਾਰ ਉਹ ਪੈਰਾਂ ਤੱਕ ਕੰਬ ਗਿਆ। ਚਾਹ ਦੀ ਕੋਈ ਲੋੜ ਨਹੀਂ, ਤੂੰ ਚੱਲਣ ਵਾਲੀ ਗੱਲ ਕਰ। ਉਹ ਇੱਕੋ ਗੱਲ ਬਾਰ ਬਾਰ ਦੁਹਰਾਈ ਜਾ ਰਿਹਾ ਸੀ। ਮੈਂ ਹੁਣੇ ਚੱਲ ਪੈਂਦਾ ਹਾਂ, ਚਾਹ ਵੀ ਕੰਟੀਨ ਤੋਂ ਪੀ ਲੈਂਦੇ ਹਾਂ, ਪਰ ਮੈਨੂੰ ਵਿੱਚੋਂ ਗੱਲ ਤਾਂ ਦੱਸ ਭਰਾਵਾ। ਗੱਲ ਚੰਗੀ ਨਹੀਂ ਹੋਈ, ਮੇਰੀ ਕੋਈ ਵਾਹ ਨਹੀਂ ਗਈ। ਤੂੰ ਚੱਲ ਹੁਣ, ਤੂੰ ਗੱਲ ਨੂੰ ਸੰਭਾਲ ਸਕਦਾ ਏ ਤਾਂ ਸੰਭਲ ਜਾਵੇ, ਨਹੀਂ ਪਤਾ ਨਹੀਂ ਦੋਵੇਂ ਹੀ ਨਾ ਹੋਈਏ। ਗੱਲ ਗੁਰਵੀਰ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਈ। ਸ਼ਾਇਦ ਸਾਡੇ ਲਈ ਹੋਰ ਕੋਈ ਰਾਹ ਹੀ ਨਾ ਰਹੇ। ਹੁਣ ਕੁਲਵਿੰਦਰ ਦਾ ਕੰਨ ਕੰਨ ਹਿੱਲ ਗਿਆ। ਗੱਲ ਜ਼ਰੂਰ ਛੋਟੀ ਨਹੀਂ ਹੋਵੇਗੀ। ਉਸ ਬੱਜੀ ਹੋਈ ਪੱਗ ਸਿਰ 'ਤੇ ਰੱਖ ਲਈ, ਚੱਪਲਾਂ ਲਾ ਕੇ ਬੂਟ ਪਾ ਲਏ ਅਤੇ ਕਮਰੇ ਨੂੰ ਜਿੰਦਾ ਮਾਰ ਕੇ ਗੁਰਵੀਰ ਦੇ ਨਾਲ ਤੁਰ ਪਿਆ। ਉਹ ਆਖਰੀ ਗੱਲ ਸੁਣ ਕੇ ਸੁੰਨ ਹੋ ਗਿਆ ਸੀ। ਉਹ ਕੁਝ ਪੁੱਛਣ ਦੀ ਹਿੰਮਤ ਹੀ ਨਾ ਕਰ ਸਕਿਆ। ਫਿਰ ਵੀ ਉਹ ਗੁਰਵੀਰ ਦਾ ਹੱਥ ਫੜ ਕੇ ਕੈਂਟੀਨ ਵਿੱਚ ਵੜ ਗਿਆ। ਉਹਦੀ ਸੋਚ ਨੇ ਜਜ਼ਬਾਤੀ ਰੋੜ ਨੂੰ ਬੰਨ ਮਾਰਨਾ ਸ਼ੁਰੂ ਕਰ ਦਿੱਤਾ। ਘਰ ਜ਼ਰੂਰ ਹਰਵੇਲ ਦੇ ਸਾਕ ਬਾਰੇ ਗੱਲ ਹੋਈ ਹੋਵੇਗੀ।
ਜਾਪਦਾ ਏ ਸਿਰੇ ਨਹੀਂ ਚੜ੍ਹੀ ਅਤੇ ਇੰਨਾ ਉਹ ਪਾੜ ਪੁੱਟ ਲਿਆ ਜਿਹੜਾ ਨਹੀਂ ਸੀ ਪੁੱਟਣਾ ਚਾਹੀਦਾ। ਉਹਨਾਂ ਛੇਤੀ ਚਾਹ ਪੀਤੀ, ਮੁੜ ਬੱਸ ਲਈ ਅਤੇ GT ਰੋਡ ਨੂੰ ਤੁਰ ਪਏ। 10 ਕੁ ਮਿੰਟਾਂ ਪਿੱਛੋਂ ਹੀ ਉਹਨਾਂ ਨੂੰ ਰਾਏਕੋਟ ਵਾਲੀ ਬੱਸ ਮਿਲ ਗਈ। ਗੁਰਵੀਰ ਆਪਣੀ ਥਾਂ ਵਿਚਾਰ ਕਰ ਰਿਹਾ ਸੀ, ਇਹ ਬੰਦਾ ਸਾਨੂੰ ਵਫਾ ਕਰੇਗਾ, ਆਸਰਾ ਤਾਂ ਹੁਣ ਇਹਦਾ ਹੀ ਤੱਕਿਆ ਏ, ਪਰ ਇਹ ਕੀ ਕਰੇਗਾ। ਬੰਦਾ ਬੰਦੇ ਦੀ ਦਾਰੂ ਹੁੰਦਾ ਏ, 1 ਤੋਂ 2 ਅਤੇ 2 ਤੋਂ 3 ਰਲ ਕੇ ਤਾਂ ਅਸੀਂ ਢਾਣੀ ਬਣ ਜਾਂਦੇ ਹਾਂ। ਦਿਲ ਛੱਡਿਆਂ ਕਦੋਂ ਵਾਟ ਨਿਬੜੇਗੀ, ਉਹ ਹੌਂਸਲਾ ਫੜ ਕੇ ਵੀ ਤਸੱਲੀ ਲਈ ਹੋਰ ਬਾਹਾਂ ਅੱਡ ਲੈਂਦਾ। ਤੁਸੀਂ ਗੰਗਾ ਨਗਰੋਂ ਕਦੋਂ ਆਏ ਹੋ, ਕੁਲਵਿੰਦਰ ਗੱਲ ਨੂੰ ਖੁਰਚਣ ਲੱਗਾ। ਕੱਲ੍ਹ ਸ਼ਾਮੀ ਮਾਮਾ ਜੀ ਨੂੰ ਦੱਸ ਕੇ ਆਏ ਹੋ ਕਿ ਉਸ ਤੋਂ ਚੋਰੀ? ਉਸ ਗੱਲ ਵਿਚਕਾਰੇ ਛੱਡ ਦਿੱਤੀ, ਇਹ ਸਭ ਕੁਝ ਤੁਹਾਨੂੰ ਵੇਰਵੇ ਨਾਲ ਹਰ ਵੇਲ ਦੱਸ ਦੇਵੇਗੀ। ਗੁਰਬੀਰ ਨੇ ਜਾਣ ਕੇ ਝੱਸੀ ਮਾਰ ਰੱਖੀ ਸੀ, ਉਹ ਹੋਰ ਬਹੁ ਵਿਸਥਾਰ ਵਿੱਚ ਪੈਣ ਦਾ ਮੌਕਾ ਨਹੀਂ ਦੇਣਾ ਚਾਹੁੰਦਾ ਸੀ। ਕੁਲਵਿੰਦਰ ਫਿਰ ਚੁੱਪ ਹੋ ਗਿਆ। ਕਿਆਸ ਉਸ ਬੜੇ ਲਾਏ, ਪਰ ਹੱਥ ਪੱਲੇ ਕੁਝ ਨਾ ਪਿਆ। ਉਹ ਦੋਵੇਂ ਇੱਕ ਦੂਜੇ ਨੂੰ ਓਪਰਿਆਂ ਵਾਂਗ ਦੇਖ ਰਹੇ ਸਨ। ਦੋਹਾਂ ਦੀ ਧੜਕਣ ਬੇਸੁਰੀ ਸੀ, ਕੁਝ ਹੋਣ ਵਾਲਾ ਹੈ ਅਤੇ ਡਰ ਦੀ ਪਰਛਾਈ ਨੇ ਉਹਨਾਂ ਦੇ ਮੂੰਹ ਸੂਤੇ ਹੋਏ ਸਨ। ਜੇ ਕੁਰਬਾਨੀ ਦੇਣੀ ਪੈ ਗਈ, ਕੁਲਵਿੰਦਰ ਇੱਕਦਮ ਹੀ ਅਚੇਤ ਵਿੱਚੋਂ ਬੋਲ ਪਿਆ, ਹੂੰ ਉਸ ਵਿਅੰਗ ਨਾਲ ਹੁੰਕਾਰਿਆ, ਪੈ ਗਈ ਨਹੀਂ, ਮੈਂ ਕੁਰਬਾਨੀ ਦੀ ਬੇਦੀ ਉੱਤੇ ਖਲੋਤਾ ਹਾਂ, ਭੱਜਣਾ ਚਾਹਾਂ ਤਾਂ ਵੀ ਭੱਜ ਨਹੀਂ ਸਕਦਾ। ਉਹ ਅਨੁਭਵ ਕੀਤਾ, ਗੁਰਬੀਰ ਜ਼ਿੰਦਗੀ ਮੌਤ ਨੂੰ ਸੱਜੇ ਖੱਬੇ ਲੈ ਕੇ ਚੱਲ ਰਿਹਾ ਹੈ, ਹਰਵੇਲ ਦਾ ਕੀ ਬਣੇਗਾ ਇਹਦੇ ਬਿਨਾਂ, ਉਸ ਨਹੀਂ ਬਚਣਾ। ਉਹਦੇ ਰਵੱਈਏ ਤੋਂ ਇਵੇਂ ਲੱਗਦਾ ਸੀ। ਹੋਰ ਸੁਣੋ, ਸੁਧਾਰ ਮੇਰਾ ਨਾਨਕਾ ਘਰ ਹੈ, ਉੱਥੇ ਕਿਸੇ ਜੀ ਨੂੰ ਕੁਝ ਵੀ ਪਤਾ ਨਹੀਂ। ਮੈਂ ਚਾਹੁੰਦਾ ਹਾਂ ਉਹਨਾਂ ਨੂੰ ਪਤਾ ਨਾ ਲੱਗੇ, ਅਤੇ ਮੈਂ ਹਰਵੇਲ ਨੂੰ ਇੱਥੇ ਹੋਰ ਰੱਖਣਾ ਵੀ ਨਹੀਂ ਚਾਹੁੰਦਾ। ਮੇਰਾ ਖਿਆਲ ਹੈ ਤੁਸੀਂ ਮੇਰੀ ਪੋਜੀਸ਼ਨ ਨੂੰ ਸਮਝ ਗਏ ਹੋਵੋਗੇ। ਮੁੰਡੇ ਨੂੰ ਪਤਾ ਨਹੀਂ ਸੀ ਕਦੋਂ ਤੂੰ ਅਥਵਾ ਤੁਸੀਂ ਦੀ ਵਰਤੋਂ ਹੋ ਜਾਂਦੀ ਸੀ। ਸੱਚੀ ਗੱਲ ਇਹ ਹੈ ਮੈਂ ਹਾਲੇ ਤੱਕ ਕੁਝ ਨਹੀਂ ਸਮਝਿਆ, ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਤੁਹਾਡਾ ਸਾਥ ਦੇਣ ਦਾ ਯਤਨ ਕਰਾਂਗਾ। ਹਰਵੇਲ ਨੂੰ ਯਕੀਨ ਦਿਵਾਉਣਾ ਉਸਨੂੰ ਯਾਦ ਸੀ। ਯਤਨ ਕਰਾਂਗਾ ਆਖ ਕੇ ਪੋਲੀਟਿਕਸ ਪਲੱਥਾ ਉਸ ਹੱਥ ਰੱਖਿਆ ਸੀ। ਜਦੋਂ ਉਹ ਘਰ ਪੁੱਜੇ, ਦੋਵੇਂ ਭੈਣ ਭਰਾ ਘਰ ਨਹੀਂ ਸਨ। ਗੁਰਬੀਰ ਨੇ ਸਮੁੰਦੇ ਦੇ ਕੰਨ ਵਿੱਚ ਕੁਝ ਸਹਿਜ ਨਾਲ ਆਖਿਆ ਅਤੇ ਉਹ ਬਾਹਰ ਨੂੰ ਭੱਜ ਗਿਆ। ਕੁਲਵਿੰਦਰ ਨੇ ਭਗਵੰਤ ਵੱਲ ਸਿਰ ਨੀਵਾਂ ਕਰਦਿਆਂ ਸਤਿ ਸ੍ਰੀ ਅਕਾਲ ਆਖੀ। ਉਸ ਮੰਨਦਿਆਂ ਮੁੰਡੇ ਦਾ ਸਿਰ ਪਲੋਸਿਆ, ਮੇਰਾ ਕਲਾਸ ਫੈਲੋ ਹੈ ਦੋਸਤ ਬੀਜੀ, ਜੀ ਆਇਆਂ ਨੂੰ ਕੀ ਪੀਓਂਗੇ? ਭਗਵੰਤ ਨੇ ਸਹਿਚਾਰ ਦੀ ਭਾਵਨਾ ਨਾਲ ਪੁੱਛਿਆ। ਹਾਲੇ ਬੀਜੀ ਕੁਝ ਨਹੀਂ ਚਾਹੀਦਾ, ਬਸ ਰੋਟੀ ਹੀ ਖਾਵਾਂਗੇ। ਗੁਰਬੀਰ ਨੇ ਮੋੜ ਦੇਣਾ ਆਪਣਾ ਫਰਜ਼ ਸਮਝਿਆ, ਉਹ ਚਾਹੁੰਦਾ ਸੀ ਮਾਮੀ ਜੀ ਦੋਹਾਂ ਨੂੰ ਇਕੱਲਿਆਂ ਕਰ ਜਾਣ। ਮੈਂ ਰੋਟੀ ਤਿਆਰ ਕਰਦੀ ਹਾਂ, ਉਹ ਆਪ ਹੀ ਚਲੀ ਗਈ। ਹਰਵੇਲ ਅਤੇ ਸੁਖਮਾਨ ਦੋਵੇਂ ਹੀ ਆ ਗਈਆਂ। ਹਰਵੇਲ ਕੁਲਵਿੰਦਰ ਦੇ ਗਲ ਨੂੰ ਚੁੰਬੜ ਗਈ। ਭੈਣ ਦਾ ਗੰਭੀਰ ਮੂੰਹ ਵੇਖ ਕੇ ਮੁੰਡਾ ਝੰਜੋੜਿਆ ਗਿਆ। ਗੁਰਬੀਰ ਇਸ਼ਾਰੇ ਨਾਲ ਸੁਖਮਾਨ ਨੂੰ ਬੈਠਕ ਵਿੱਚੋਂ ਬਾਹਰ ਲੈ ਆਇਆ। ਉਹ ਚਾਹੁੰਦਾ ਸੀ ਹਰਵੇਲ ਵੇਰਵੇ ਨਾਲ ਕੁਲਵਿੰਦਰ ਨੂੰ ਸਭ ਕੁਛ ਦੱਸ ਦੇਵੇ ਅਤੇ ਅਗਲਾ ਕਦਮ ਫਿਰ ਹੀ ਪੁੱਟਿਆ ਜਾਵੇ।